ਅਸਲਾਮ ਵਾਲੇਕੁਮ ਜੀ, ਦਾਨਿਸ਼ ਐਗਰੀਕਲਚਰ 'ਚ ਖੁਸ਼ ਆਮਦੀਦ। ਮੀਆਂ ਚਨੂੰ ਗੱਲਾਂ ਮੰਡੀ ਦੇ ਅੰਦਰ ਮੌਜੂਦ ਆ। ਮਾਸ਼ਾਅੱਲਾ ਦੇਖੋ ਜੀ, ਮੂੰਜੀ ਆਈ ਹੋਈ ਆ, ਮੱਕੀ ਪਈ ਹੋਈ ਆ, ਆਹ ਸਾਹਮਣੇ ਕਣਕ ਪਈ ਅਤੇ ਤਿਲ ਅਤੇ ਤਿਲੀ ਪਏ ਹੋਏ ਆ। ਠੀਕ ਹੋ ਗਿਆ ਜੀ, ਬਾਕੀ ਸਾਰੀਆਂ ਜਨਾਸਾਂ ਦੀਆਂ ਕੀਮਤਾਂ ਤੁਹਾਡੇ ਨਾਲ ਸ਼ੇਅਰ ਕਰ ਦਿਓ, ਅਤੇ ਜਿਹੜੇ ਦੋਸਤ ਭਰਾ ਨਵੇਂ ਆ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਘੰਟੀ ਦੇ ਬਟਨ ਨੂੰ ਲਾ ਦਮ ਦਬਾ ਲਿਆ ਕਰੋ, ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਆਵੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ। ਚੈੱਕ ਕਰੋ ਜੀ, ਨਵੀਂ ਮੂੰਜੀ ਮਾਸ਼ਾਅੱਲਾ ਹਾਈਬ੍ਰਿਡ ਧਾਨ ਜਿਹੜੀ ਆ, ਇਹ ਸੁਭਾਨ ਅੱਲਾ, ਅੱਲਾ ਤਾਲਾ ਖਾਣ ਵਾਲਿਆਂ ਦੇ ਨਸੀਬਾਂ 'ਚ ਕਰੇ ਅਤੇ ਜਿਨ੍ਹਾਂ ਨੇ ਬੀਜੀ ਉਹਨੂੰ ਰੋਜ਼ੀ ਰਿਜ਼ਕ ਦੇਵੇ। 1900 ਤੋਂ ਲਾ ਕੇ 2000 ਰੁਪਏ ਤੱਕ ਅੱਜ ਦਾ ਰੇਟ ਆ। ਬਾਕੀ ਅਗਰ ਮੱਕੀ ਦੀ ਗੱਲ ਕੀਤੀ ਜਾਵੇ ਤਾਂ ਮੱਕੀ ਜਿਹੜੀ ਆ ਤਕਰੀਬਨ 2400 2450 ਨੂੰ ਵਿਕਦੀ ਪਈ ਆ। ਤਿਲ ਤਕਰੀਬਨ ਥੋੜ੍ਹੇ ਜਿਹੇ ਡਾਊਨ ਅੱਜ, 10,500 ਤੋਂ ਲਾ ਕੇ 12,000 ਤੱਕ, ਕੋਈ ਚੰਦ ਦੇ ਘਟੇਰੀ ਆ ਵਰਨਾ 11,000 ਰੁਪਏ ਤੱਕ ਵਿਕਦੇ ਪਏ। ਗੰਦਮ ਜਿਹੜੀ ਆ 2500 2500 ਤੱਕ ਆ। ਇਸੇ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਬਾਜਰੇ ਦੀ, ਤਾਂ ਬਾਜਰਾ ਤਕਰੀਬਨ 2600 2700 ਰੁਪਏ ਨੂੰ ਆ। ਕਪਾਹ ਜਿਹੜੀ ਆ 7500 2700, ਮੂੰਗੀ ਜਿਹੜੀ ਆ ਹੱਥ ਨਾਲ ਕੱਢੀ ਹੋਈ ਉਹ ਤਕਰੀਬਨ 8,000 ਰੁਪਏ, ਜਿਹੜੀ ਹਾਰਵੈਸਟਰ ਨਾਲ ਕੱਢੀ ਹੋਈ ਤਕਰੀਬਨ 6,000 ਤੋਂ 7,000 ਰੁਪਏ ਅੱਜ ਦਾ ਰੇਟ ਆ। ਆਹ ਸੀ ਜੀ ਮੰਡੀ ਦੀ ਤਾਜ਼ਾ ਤਰੀਨ ਸੂਰਤ ਹਾਲ। ਤੁਹਾਡਾ ਇਲਾਕਾ ਕਿਹੜਾ, ਤੁਹਾਡੇ ਇਲਾਕੇ ਦੇ ਵਿੱਚ ਕੀ ਰੇਟ ਆ, ਸਾਨੂੰ ਕਮੈਂਟਸ ਬੋਕਸ 'ਚ ਜ਼ਰੂਰ ਦੱਸਿਓ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ, ਨਵੀਂ ਅਪਡੇਟ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।